ਸਸਤੀ ਗਾਲੀਸਾਰੇ ਨੂੰ ਅੱਜ ਆਪਾਂ ਬਣਾਵਾਂਗੇ ਜੀ ਬਚੇ ਹੋਏ ਬ੍ਰੈਡ ਦਾ ਇਹ ਟੇਸਟੀ कुरकुरा ਜਿਹਾ ਨਾਸ਼ਤਾ ਤੇ ਇਹਦੇ ਲਈ ਆਪਾਂ ਬ੍ਰੈਡ ਲੈਂਦੇ ਆ ਜੀ ਇਹ ਬ੍ਰੈਡ ਨੂੰ ਆਪਾਂ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਾਂਗੇ ਉਦੋਂ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਹੁਣ ਇੱਥੇ ਆਪਾਂ ਕੁਝ ਸਬਜ਼ੀਆਂ ਲੈਤੀਆਂ ਜੀ ਉਹਦੇ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਐ ਥੋੜੀ ਜੀ ਪਾਲਕ ਐ ਥੋੜੀਆਂ ਜੀਆਂ ਹਰੀਆਂ ਮਿਰਚਾਂ ਨੇ ਕੁਝ ਬਰੀਕ ਕੱਟਿਆ ਹੋਇਆ ਟਮਾਟਰ ਐ ਤੇ ਕੁਝ ਆਪਾਂ ਨੂੰ ਚਾਹੀਦਾ ਬਰੀਕ ਕੱਟਿਆ ਹੋਇਆ ਧਨੀਆ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਆਪਦੇ ਟੇਸ ਦੇ ਹਿਸਾਬ ਨਾਲ ਪਾਵਾਂਗੇ ਤੁਸੀਂ ਜੋ ਵੀ ਸਬਜ਼ੀ ਤੁਹਾਡੇ ਘਰੇ ਅਵੇਲੇਬਲ ਹੈਗੀ ਆ ਉਹ ਪਾ ਸਕਦੇ ਹੋ ਇਹਦੇ ਵਿੱਚ ਫਿਰ ਆਪਾਂ ਚੌਲਾਂ ਦੇ ਆਟੇ ਦੇ ਦੋ ਤੋਂ ਤਿੰਨ ਚਮਚ ਪਾ ਦੇਾਂਗੇ ਥੋੜਾ ਜਿਹਾ ਆਪਾਂ ਕਣਕ ਦਾ ਆਟਾ ਪਾਤਾ ਇੱਥੇ ਕਣਕ ਦਾ ਆਟਾ ਆਪਾਂ ਚੌਲਾਂ ਦੇ ਆਟੇ ਤੋਂ ਥੋੜਾ ਵੱਧ ਵਰਤਾਂਗੇ ਚਿਲੀ ਫਲੈਕਸ ਪਾ ਦੇਾਂਗੇ ਆ ਤਨੀਆ ਪਾਊਡਰ ਤੇ ਟੇਸਟ ਅਨਸਾਰ ਹੈ ਜਿਹੜਾ ਆਪਾਂ ਨਮਕ ਪਾ ਦਾਂਗੇ ਹੁਣੇ ਬ੍ਰੈਡ ਇਸ ਤਰ੍ਹਾਂ ਤਿਆਰ ਹੋ ਗਿਆ ਆਪਾਂ ਇਹਦਾ ਐਕਸਟਰਾ ਪਾਣੀ ਹੈ ਜਿਹੜਾ ਹੋ ਨਿਚੋੜਤਾ ਸੀ ਤੇ ਆਟੇ ਦੀ ਤਰ੍ਹਾਂ ਇਹਨੂੰ ਗੁੰਨਾਂਗੇ ਜੇ ਆਪਾਂ ਨੂੰ ਪਾਣੀ ਦੀ ਲੋੜ ਹੋਈ ਥੋੜੀ ਤਾਂ ਆਪਾਂ ਪਾਣੀ ਪਾ ਲਾਂਗੇ ਵੈਸੇ ਪਾਣੀ ਪਾਉਣ ਦੀ ਜ਼ਿਆਦਾ ਲੋੜ ਹੈ ਨਹੀਂ ਤੇ ਇਸ ਤਰ੍ਹਾਂ ਹੀ ਹੈ ਜਿਹੜਾ ਆਟੇ ਦੀ ਤਰ੍ਹਾਂ ਗੁੱਝ ਜੂਗਾ ਇੱਕ ਪੇੜਾ ਬਣਾ ਲਾਂਗੇ ਆਪਾਂ ਹੁਣ ਇਸ ਤਰ੍ਹਾਂ ਦੇਖੋ ਜੀ ਆਟਾ ਗੁੱਝੁਕਿਆ ਤੇ ਇੱਕ ਬਰਤਨ ਦੇ ਵਿੱਚ ਆਪਾਂ ਲਾ ਲਾਂਗੇ ਕਿਉਂ ਗਰੀਸ ਕਰ ਲਾਂਗੇ ਬਰਤਨ ਨੂੰ ਇਸ ਤਰ੍ਹਾਂ ਇਹਨੂੰ ਵਿਛਾ ਲਾਂਗੇ ਤੇ ਇਹਦੇ ਪੀਸ ਕੱਟਾਂਗੇ ਆਪਾਂ ਇਸ ਤਰ੍ਹਾਂ ਇਹਦੇ ਬਿਲਕੁਲ ਸਿਕਿਉਰ ਸ਼ੇਪ ਦੇ ਆਪਾਂ ਪੀਸ ਕੱਟ ਲਾਂਗੇ ਐਕਸਟਰਾ ਜਿਹੜਾ ਆਟਾ ਸੀ ਉਹ ਸਾਈਡ ਤੋਂ ਖੱਡ ਦੇਾਂਗੇ ਉਹਦੇ ਆਪਾਂ ਦੁਬਾਰਾ ਤੋਂ ਪੀਸ ਵੀ ਬਣਾ ਸਕਦੇ ਹਾਂ ਹੁਣ ਇਸ ਤਰ੍ਹਾਂ ਜੀ ਆਪਾਂ ਇਹ ਪੀਸਾਂ ਨੂੰ ਹਲਕਾ ਹਲਕਾ ਅਲੱਗ ਕਰ ਲਾਂਗੇ ਵੈਸੇ ਟੁੱਟਣੇ ਦਾ ਇਹ ਹੈ ਨਹੀਂ ਪਰ ਫਿਰ ਵੀ ਹਲਕੇ ਹਲਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਇੱਕ ਬਰਤਨ ਦੇ ਵਿੱਚ ਕੱਢ ਕੇ ਰੱਖ ਲਿਆ ਇਹ ਹੁਣ ਆਪਾਂ ਜੁੱਲੇ ਦੇ ਰੱਖਾਂਗੇ ਜੀ ਤਵਾ ਇੱਥੇ ਤੁਸੀਂ ਲੋਹੇ ਦਾ ਤਵਾ ਵੀ ਵਰਤ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਘਿਓ ਦੇ ਵਿੱਚ ਤੇਲ ਦੇ ਵਿੱਚ ਬਣਾ ਸਕਦੇ ਹਾਂ ਤੇਲ ਆਪਾਂ ਤਵੇ ਤੇ ਪਾ ਲਿਆ ਤੇ ਇਹਨੂੰ ਹਲਕਾ ਗਰਮ ਹੋਣ ਦੇਵਾਂਗੇ ਆਗ ਹੈ ਜਿਹੜੀ ਉਹ ਆਪਾਂ ਜ਼ਿਆਦਾ ਹਾਈ ਨਹੀਂ ਰੱਖਣੀ ਫਿਰ ਇਹ ਉਪਰੋਂ ਉਪਰੋਂ ਜਲ ਜਾਣਗੇ ਤੇ ਵਿੱਚੋਂ ਐ ਨਹੀਂ ਪੱਕਣੇ ਹੁਣ ਆਪਾਂ ਤਵਾ ਗਰਮ ਹੋ ਗਿਆ ਜਦੋਂ ਤਾਂ ਤੇਲ ਦੇ ਉੱਪਰ ਆ ਜਿਹੜਾ ਸਾਰੇ ਪੀਸ ਇਸ ਤਰੀਕੇ ਨਾਲ ਵਿਛਾ ਦੇਾਂਗੇ ਇਹ ਨਾਸ਼ਤਾ ਬਹੁਤ ਟੇਸਟੀ ਬਣਦਾ ਹੈ ਤੁਸੀਂ ਫਟਾਫਟ ਬਣਾ ਸਕਦੇ ਹੋ ਬੱਚਿਆਂ ਦਾ ਬਹੁਤ ਪਸੰਦ ਆਊਗਾ ਇਸ ਕਰਕੇ ਜਿਹੜਾ ਇਹਨੂੰ ਹਲਕੀ ਹਲਕੀ ਅੱਗ ਤੇ ਤੁਸੀਂ ਫਰਾਈ ਕਰਿਓ ਵੀ ਬੱਚੇ ਵੀ ਹੈ ਜਿਹੜਾ ਅچھے ਤਰੀਕੇ ਨਾਲ ਇਹਨੂੰ ਪਸੰਦ ਕਰ ਲੈਣ ਵੀ ਬਹੁਤ ਸੌਫਟ ਬਣ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪਲਟਾਂਗੇ ਜਦੋਂ ਆਪਾਂ ਨੂੰ ਲੱਗੂਗਾ ਵੀ ਇਹਨਾਂ ਦੀ ਇੱਕ ਸਾਈਡ ਪੱਕ ਚੁੱਕੀ ਆ ਤਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਹਲਕਾ ਹਲਕਾ ਪਲਟ ਦੇਾਂਗੇ ਇਹਨਾਂ ਦਾ ਕਲਰ ਹੈ ਦੇਖੋ 골ਡਨ ਹੋਣ ਲੱਗ ਗਿਆ ਆਪਾਂ ਇਹਨਾਂ ਨੂੰ ਜਿਸ ਤਰ੍ਹਾਂ ਦਾ ਵੀ 골ਡਨ ਜਾਂ ਬ੍ਰਾਊਨ ਕਰਨਾ ਉਹਨੇ ਉਹਨੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਪਕਾ ਲਾਂਗੇ ਜੇ ਤੁਸੀਂ ਜ਼ਿਆਦਾ ਤੇਲ ਦਾ ਯੂਜ਼ ਕਰਨਾ ਇਹਨੂੰ ਪਕੌੜਿਆਂ ਦੀ ਤਰ੍ਹਾਂ ਬਣਾਉਣਾ ਤਾਂ ਤੁਸੀਂ ਉਸ ਤਰੀਕੇ ਨਾਲ ਵੀ ਇਹਨੂੰ ਫਰਾਈ ਕਰ ਸਕਦੇ ਹੋ ਕੜਾਈ ਦੇ ਵਿੱਚ ਤੇਲ ਪਾ ਕੇ ਉਸ ਤਰੀਕੇ ਨਾਲ ਵੀ ਇਹ ਬਹੁਤ ਕ੍ਰਿਸਪੀ ਬਣਦੇ ਨੇ ਸੋ ਸਾਰੇ ਪੀਸਾਂ ਦੀ ਆਪਾਂ ਸਾਈਡ ਪਲਟ-ਪਲਟ ਕੇ ਹੀ ਪਕਾਈ ਚੱਲਾਂਗੇ 5-7 ਮਿੰਟ ਇਸ ਤਰੀਕੇ ਨਾਲ ਇਹਨਾਂ ਨੂੰ ਤੇ ਇਸ ਤਰ੍ਹਾਂ ਆਪਾਂ ਤਵੇ ਨੂੰ ਵੀ ਹਿਲਾਉਂਦੇ ਹੋਏ ਜਿਹੜਾ ਪਕਾ ਲਾਂਗੇ ਵੈਸੇ ਇਹ ਚਿਪਕਦੇ ਬਿਲਕੁਲ ਵੀ ਨਹੀਂ ਤਵੇ ਨਾਲ ਚਾਹੇ ਤੁਸੀਂ ਲੋਹੇ ਦੇ ਤਵੇ ਤੇ ਬਣਾ ਰਹੇ ਹੋ ਸਾਰੀਆਂ ਸਬਜ਼ੀਆਂ ਆਪਾਂ ਇਹਦੇ ਵਿੱਚ ਪਾਤੀਆਂ ਬੱਚੇ ਸਬਜ਼ੀਆਂ ਬਹੁਤ ਘੱਟ ਖਾ ਕੇ ਰਾਜੀ ਹੁੰਦੇ ਆ ਪਰ ਇਸ ਤਰ੍ਹਾਂ ਦੀ ਜੇ ਆਪਾਂ ਚੀਜ਼ਾਂ ਬੱਚਿਆਂ ਨੂੰ ਬਣਾ ਕੇ ਦਿੰਨੇ ਆ ਤਾਂ ਬੱਚੇ ਸਬਜ਼ੀਆਂ ਵੀ ਖਾ ਲੈਂਦੇ ਆ ਫਿਰ ਹਨਾ ਆਸਾਨੀ ਨਾਲ ਸੋਨ ਦੇਖੋ ਜੀ ਇਹ ਬ੍ਰਾਊਨ ਹੋ ਗਏ ਇਹਨਾਂ ਦਾ ਕਲਰ ਬਹੁਤ ਵਧੀਆ ਬਣ ਗਿਆ ਹੁਣ ਆਪਾਂ ਪਲੇਟ ਦੇ ਵਿੱਚ ਇਹਨਾਂ ਨੂੰ ਬਣਾ ਕੇ ਸਰਵ ਕਰ ਲਿਆ ਇਹਨਾਂ ਨੂੰ ਹਰੀ ਚਟਨੀ ਦਾ ਮਿੱਠੀ ਚਟਨੀ ਦਾ ਤੁਸੀਂ ਸਰਵ ਕਰ ਸਕਦੇ ਹੋ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ